ਨੌਜਵਾਨਾਂ ਵਾਸਤੇ ਸਪੈਸ਼ਲੀ ਮੈਂ ਕਹਿਣਾ ਚਾਹਣਾ ਜਿਹੜੀ ਬਹੁਤ ਵੱਡੀ ਸਕੀਮ ਹੈ ਸਕਿੱਲ ਸੈਂਟਰ ਦੀ ਇੰਪਲੋਇਮੈਂਟ ਦੀ ਸਪੀਕਰ ਸਾਹਿਬ ਅਗਲੇ 4-5 ਮਹੀਨਿਆਂ 'ਚ ਹਰ ਬਲਾਕ ਵਿੱਚ ਮਿਨੀਮਮ ਇੱਕ ਸਕਿੱਲ ਸੈਂਟਰ ਬਣ ਰਿਹਾ ਜਿਹੜਾ ਸਕਿੱਲ ਸੈਂਟਰ ਤਕਰੀਬਨ 200-300 ਬੱਚਿਆਂ ਨੂੰ ਇੱਕ ਸਾਲ ਵਿੱਚ ਪਰਫੈਕਟ ਸਕਿੱਲ ਟ੍ਰੇਨਿੰਗ ਦਊਗਾ ਸਾਡਾ ਟਾਰਗੇਟ ਹੈ ਸਰ ਸਪੀਕਰ ਸਾਹਿਬ ਇਸ ਸਾਲ 1 ਲੱਖ ਨੌਜਵਾਨ ਨੂੰ 31 ਮਾਰਚ ਆਉਣ ਵਾਲੇ 31 ਮਾਰਚ ਤੱਕ 1 ਲੱਖ ਨੌਜਵਾਨਾਂ ਨੂੰ ਪੰਜਾਬ ਦੇ ਨਾਲ ਸਕਿੱਲ ਟ੍ਰੇਨਿੰਗ ਹੋਊਗੀ ਕੱਲੀ ਸਟੇਟ ਹੈ ਜਿਹਨੇ ਇਸ ਲੈਵਲ ਤੇ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਨੂੰ ਇੰਪਲੀਮੈਂਟ ਕਰਨ ਲੱਗੀ ਹੈ ਸਪੀਕਰ ਸਾਹਿਬ ਸਪੀਕਰ ਸਾਹਿਬ 4000 ਅਸੀਂ ਮਾਡਰਨ ਜਿਮਸ ਅਸੀਂ ਪਿੰਡਾਂ 'ਚ ਇਕੱਲੇ ਹੋਣੀ ਕਿ ਜਿਮ ਦੀ ਬਣਾ ਦੇਣੀ ਇਕੁਇਪਮੈਂਟ ਦੇ ਦੇਣੀ ਹੈ ਵਿਦ ਬਿਲਡਿੰਗ ਐਵਰੀਥਿੰਗ ਬਣਾ ਕੇ ਕਾਮਨ ਡਿਜ਼ਾਈਨ ਇਕੁਇਪਮੈਂਟ ਲੈ ਕੇ 4000 ਪਿੰਡ ਅਸੀਂ ਐਕਟੀ ਚੁਣੇ ਹੈ ਤੇ ਸ਼ਾਇਦ ਉਹਦੇ ਬਾਅਦ ਅਗਲੇ ਬਾਕੀਆਂ ਨੂੰ ਅਸੀਂ ਕਰਕੇ ਦੇਵਾਂਗੇ ਸਪੀਕਰ ਸਾਹਿਬ ਐਜੂਕੇਸ਼ਨ ਵਾਸਤੇ ਸਪੀਕਰ ਸਾਹਿਬ ਜਿਹੜੇ ਬੱਚੇ ਨੇ ਹੁਣ ਐਜੂਕੇਸ਼ਨ ਲੋਨ ਲੈਣਾ ਸਪੀਕਰ ਸਾਹਿਬ ਇੰਟਰਸਟ ਫ੍ਰੀ ਐਜੂਕੇਸ਼ਨ ਲੋਨ ਜਿਨ੍ਹਾਂ ਦਾ ਕੋਈ ਪੜ੍ਹਾਈ ਕਰਦਾ ਇੰਟਰਸਟ ਫ੍ਰੀ ਕਰ ਦਿੱਤਾ ਸਪੀਕਰ ਸਾਹਿਬ ਸਾਡਾ ਅਸੀਂ ਦੇਵਾਂਗੇ ਸਪੀਕਰ ਸਾਹਿਬ ਪਹਿਲੇ ਜਿਹੜੇ ਬੱਚੇ ਸੀ ਖਾਸ ਕਰਕੇ SC ਪਰਿਵਾਰਾਂ ਦੀ ਪ੍ਰੋਬਲਮ ਆ ਰਹੀ ਸੀ ਜਦੋਂ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਰਾਹੀਂ ਅਸੀਂ ਸਪੈਸ਼ਲ ਫੰਡ ਕ੍ਰੀਏਟ ਕਰ ਦਿੱਤਾ ਬੱਚਿਆਂ ਵਾਸਤੇ ਜਿਹਦੇ ਕਰਕੇ ਹੁਣ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਦੀ ਫੰਡ ਦੀ ਲੋੜ ਨਹੀਂ ਡਿੱਕਤ ਦੀ ਲੋੜ ਨਹੀਂ ਪੈਣੀ ਪੰਜਾਬ ਗਵਰਨਮੈਂਟ ਉਹਨਾਂ ਕਾਲਜਾਂ ਨੂੰ ਪੈਸਾ ਇਮੀਡੀਏਟਲੀ ਦੇ ਦੇਗਾ ਤੇ ਐਡਮਿਸ਼ਨ ਉਹਨਾਂ ਦੀ ਹੋ ਜਾਊਗੀ ਸਪੀਕਰ ਸਾਹਿਬ ਨਾਲੇ ਜਿਹੜੀ ਵੱਡੀ ਗੱਲ ਹੈ ਸਪੀਕਰ ਸਾਹਿਬ ਜਿੰਨੇ ਗਰੀਬ ਆਪਣੇ ਪੰਜਾਬ 'ਚ ਨੀਲੇ ਕਾਰਡ ਹੋਲਡਰ ਹੈ ਸਾਰਿਆਂ ਦਾ 50,000 ਰੁਪਏ ਦਾ ਮੈਡੀਕਲ ਇੰਸ਼ੋਰੈਂਸ ਉਹਨਾਂ ਦੀ 5 ਲੱਖ ਦੀ ਲਾਈਫ ਇੰਸ਼ੋਰੈਂਸ ਕਰ ਦਿੱਤੀ ਸਪੀਕਰ ਸਾਹਿਬ ਦੱਸੋ ਕਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਜਿਹਨੇ ਆਹ ਕੁਛ ਕੀਤਾ ਕੱਲੀ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਨੇ ਕੀਤਾ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਹੋਰ ਇਤਿਹਾਸਿਕ ਫੈਸਲਾ ਇਸ ਬਜਟ 'ਚ ਆਇਆ ਜਿਹੜਾ ਅਸੀਂ 2000 ਮੈਡੀਕਲ ਸ਼ਾਪਸ ਐਂਡ ਡਾਇਗਨੋਸਟਿਕ ਸੈਂਟਰਸ ਅਗਲੇ 4-5 ਮਹੀਨਿਆਂ 'ਚ ਪੰਜਾਬ 'ਚ ਖੋਲ੍ਹਣ ਲੱਗੇ ਹਾਂ 2000 ਮੈਡੀਸਨ ਐਂਡ ਡਾਇਗਨੋਸਟਿਕ ਸੈਂਟਰਸ ਜਿੱਥੇ ਫ੍ਰੀ ਮੈਡੀਸਨ 206 ਜਾਂ ਕੁਛ ਅਜਿਹੀਆਂ ਜੈਨਰਿਕ ਮੈਡੀਸਨ ਹੈ ਜਿੱਥੇ ਜਿਹੜੇ ਗਰੀਬਾਂ ਨੂੰ ਫ੍ਰੀ ਦਿੱਤੀਆਂ ਜਾਣਗੀਆਂ ਉਹਨਾਂ ਦਾ ਜਿਹੜਾ ਡਾਇਗਨੋਸਟਿਕ ਹੈ ਬਲੱਡ ਟੈਸਟ ਅਤੇ ਦੂਜੇ ਟੈਸਟ ਉਹ ਵੀ ਫ੍ਰੀ ਕੀਤੇ ਜਾਣਗੇ ਸਪੀਕਰ ਸਾਹਿਬ ਦੱਸੋ ਕਿਹੜੀ ਹਿੰਦੁਸਤਾਨ ਦੀ ਸਰਕਾਰ ਕਰਨ ਲੱਗੀ ਹੈ